ਕੀ ਹੈ ਜੀ ਪੂਰਾ ਮਾਮਲਾ ਜੀ? ਮਾਨਯੋਗ ਸ਼੍ਰੀ ਸਵਪਨ ਸ਼ਰਮਾ ਜੀ ਆਈ ਪੀ ਐੱਸ ਪੁਲਿਸ ਕਮਿਸ਼ਨਰ ਜਲੰਧਰ ਅਤੇ ਸ਼੍ਰੀ ਅਦਿੱਤਿਆ ਵਾਲੀਆ ਜੀ ਏ ਡੀ ਸੀ ਟੀ ਯੂਨੀਵਰਸਿਟੀ ਗਏ ਜਲੰਧਰ, ਜਿਨ੍ਹਾਂ ਦਿਸ਼ਾ ਨਿਰਦੇਸ਼ਾਂ 'ਤੇ ਸਾਡੀ ਸਪੈਸ਼ਲ ਟੀਮ ਸਪੈਸ਼ਲ ਸਾਡੀ ਟੀਮ ਨੇ ਦੋ ਵਿਅਕਤੀ ਕਾਬੂ ਕੀਤੇ ਜਿਨ੍ਹਾਂ ਨੇ ਸ਼ਹਿਰ ਦੇ ਵਿੱਚ ਕਾਫੀ ਲੁੱਟ ਹੋ ਦੀਆਂ ਵਾਰਦਾਤਾਂ ਕੀਤੀਆਂ ਸੀ, ਜਿਨ੍ਹਾਂ ਦੇ ਕੋਲੋਂ ਜਿਨ੍ਹਾਂ ਦੇ ਨਾਂ ਜਿਹੜੇ ਹੈਗੇ ਨੇ ਪਰਮਜੀਤ ਸਿੰਘ ਔਰ ਪ੍ਰਿੰਸ ਬਾਬਾ ਅਤੇ ਨੀਰਜ ਕੁਮਾਰ ਔਰ ਨੀਰੂ, ਜਿਹੜੇ ਇਹਨਾਂ ਦੇ ਕੋਲੋਂ ਲੈਪਟੋਪ ਵਗੈਰਾ, ਮੋਬਾਇਲ ਫੋਨ ਵਗੈਰਾ, ਇੱਕ ਸਕੂਟਰੀ ਬਿਨਾਂ ਨੰਬਰ ਦੀ ਜਿਹੜੀ ਇਹਨਾਂ ਦੇ ਕੋਲੋਂ ਰਿਕਵਰ ਕੀਤੀ ਆ। ਇਹ ਬੰਦੇ ਕਾਫੀ ਦੇਰ ਤੋਂ ਸ਼ਹਿਰ ਦੇ ਵਿੱਚ ਵਾਰਦਾਤਾਂ ਕਰਦੇ। ਇਹਨਾਂ ਨੇ ਇੱਕ ਮਾਈ ਹੀਰਾ ਗੇਟ ਜੂਸ ਦੀ ਦੁਕਾਨ ਤੋਂ ਵੀ ਲੁੱਟ ਖੋਹ ਕੀਤੀ ਸੀ, ਇੱਕ ਦੋ ਇਹਨਾਂ ਨੇ ਵਾਈਨ ਸ਼ੋਪ ਜਿਹੜੀਆਂ ਉਹ ਵੀ ਲੁੱਟ ਖੋਹ ਕੀਤੀਆਂ ਸੀ, ਦਾਦਾ ਕਲੋਨੀ ਦੇ ਵਿੱਚ ਵੀ ਇੱਕ ਲੁੱਟ ਖੋਹ ਕੀਤੀ ਸੀ। ਇਹਨਾਂ ਤੋਂ ਕੋਈ ਹਥਿਆਰ ਵੀ ਬਰਾਮਦ ਹੋਇਆ ਜੀ? ਇਹਨਾਂ ਦੇ ਕੋਲੋਂ ਰਿਕਵਰੀ ਕਰਾ ਰਹੇ ਹਾਂ ਜੀ। ਅਤੇ ਇਹਨਾਂ ਦੇ ਜਿਹੜੀਆਂ ਪਹਿਲਾਂ ਵੀ ਇਹਦੇ ਪ੍ਰਿੰਸ ਔਰ ਬਾਬਾ ਹੈਗਾ, ਇਹਦੇ ਖਿਲਾਫ਼ ਘੱਟੋ ਘੱਟ ਵੀ 17 ਮੁਕਦਮੇ ਪਹਿਲਾਂ ਵੀ ਲੁੱਟਾਂ ਖੋਹਾਂ ਦੇ ਦਰਜ ਆ।